ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਆ ਮੁੱਖ ਮੰਤਰੀ ਦਾ ਪੈ ਗਿਆ ਇਹ ਨਵਾਂ ਪੰਗਾ ਪਰ ਹੋਈ ਮਾੜੀ ਸੋ ਮੁੱਖ ਮੰਤਰੀ ਦੇ ਨਾਲ ਮਾੜੀ ਹੋ ਗਈ ਆ ਜੀ ਇਹ ਪੰਜਾਬੀ ਗਾਇਕ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਜਿਹੜੀ ਵੱਡੀ ਮਾੜੀ ਹੋ ਗਈ ਆ ਉਹਨਾਂ ਦਾ ਨਵਾਂ ਪੰਗਾ ਪੈ ਗਿਆ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਜੀ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਜਿਹੜੇ-ਜਿਹੜੇ ਸਰੋਤੇ ਵੀਰ ਸਮਝ ਗਏ ਨੇ ਵੀ ਸਿੱਧੂ ਦੇ ਨਾਲ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਨਾਲ ਮੁੱਖ ਮੰਤਰੀ ਦਾ ਪੰਗਾ ਪਿਆ ਉਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ ਤੇ ਜੇਕਰ ਤੁਸੀਂ ਸਿੱਧੂ ਦੇ ਫੈਨ ਹੋ ਤਾਂ ਕਮੈਂਟ ਸੈਕਸ਼ਨ 'ਚ ਸਿੱਧੂ ਲਿਖੋ ਨਹੀਂ ਤਾਂ ਮੁੱਖ ਮੰਤਰੀ ਵੀ ਲਿਖ ਸਕਦੇ ਹੋ ਮੁੱਖ ਮੰਤਰੀ ਪੰਜਾਬੀ ਗਾਇਕ ਆਪਣੀ ਆਵਾਜ਼ ਅਤੇ ਆਪਣੇ ਵੱਖਰੇ ਗਾਉਣ ਦੇ ਅੰਦਾਜ਼ ਦੇ ਕਰਕੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਸੀ ਸੋਸ਼ਲ ਸਟਾਰ ਬਣ ਗਿਆ ਸੀ ਹੁਣ ਕਾਫੀ ਸਮੇਂ ਦੇ ਬਾਅਦ ਮੁੱਖ ਮੰਤਰੀ ਫਿਰ ਚਰਚਾ ਦੇ ਵਿੱਚ ਆ ਗਿਆ ਹੈ ਲੱਗਦਾ ਹੈ ਕਿ ਅੱਜ ਕੱਲ ਫੇਮਸ ਹੋਣ ਦੇ ਲਈ ਵਿਵਾਦਾਂ ਦਾ ਸਹਾਰਾ ਲੈਣਾ ਬੇਹੱਦ ਜ਼ਰੂਰੀ ਆ ਇਸੇ ਲਈ ਕੁਝ ਗਾਇਕ ਨਵੇਂ ਗੀਤ ਆਉਣ ਤੋਂ ਪਹਿਲਾਂ ਇੱਕ ਦੂਜੇ ਬਾਰੇ ਬੋਲ ਕੇ ਮਸ਼ਹੂਰ ਹੋਣਾ ਚਾਹੁੰਦੇ ਹਨ ਹਾਲ ਹੀ ਦੇ ਵਿੱਚ ਉਦਾਹਰਨਾਂ ਅਸੀਂ ਦੇਖ ਚੁੱਕੇ ਹਾਂ ਤੇ ਇੱਕ ਉਦਾਹਰਨ ਨਵੀਂ ਸਾਹਮਣੇ ਆਈ ਆ ਮੁੱਖ ਮੰਤਰੀ ਦੇ ਰੂਪ ਚ ਜੀ ਹਾਂ ਤੁਸੀਂ ਸਹੀ ਸੁਣਿਆ ਪਹਿਲਾਂ ਆਪਣੇ ਗੀਤ ਸਿੰਘਾਂ ਨੂੰ ਮਾੜਾ ਬੋਲਣ ਵਾਲਾ ਮੁੱਖ ਮੰਤਰੀ ਹੁਣ ਸਿੱਧੂ ਮੂਸੇਵਾਲੇ ਦੇ ਖਿਲਾਫ ਗੀਤ ਲੈ ਕੇ ਆ ਗਿਆ ਤੇ ਮੁੱਖ ਮੰਤਰੀ ਨੇ ਰੀਅਲ ਸੰਜੂ ਨਾਮ ਤੋਂ ਇੱਕ ਗੀਤ ਕੱਢਿਆ ਜਿਹੜਾ ਕਿ ਸਿੱਧੂ ਮੂਸੇਵਾਲੇ ਤੇ ਸਿੱਧਾ ਨਿਸ਼ਾਨਾ ਲਾਉਂਦਾ ਹੈ ਸੋ ਦੋਸਤੋ ਤੁਸੀਂ ਆਪਣੇ ਫੋਨ ਦੀ ਡਿਸਪਲੇ ਦੇ ਉੱਤੇ ਮੁੱਖ ਮੰਤਰੀ ਦੀ ਜਿਹੜੀ ਫੋਟੋ ਦੇਖ ਰਹੇ ਹੋ ਨਾਲ ਉਹਨਾਂ ਦੇ ਇੱਕ ਸਿੰਗਰ ਨੇ ਤੇ ਅਸੀਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਲਗਭਗ 28000 ਲੋਕਾਂ ਦੇ ਵੱਲੋਂ ਇਸ ਗੀਤ ਨੂੰ ਲਾਈਕ ਕੀਤਾ ਗਿਆ ਸੀ ਤੇ 60000 ਲੋਕਾਂ ਨੇ ਇਸ ਗੀਤ ਨੂੰ ਡਿਸ ਲਾਈਕ ਕਰ ਦਿੱਤਾ ਸੀ ਤੇ ਕਮੈਂਟ ਬਾਕਸ ਦੇ ਵਿੱਚ ਵੀ ਮੁੱਖ ਮੰਤਰੀ ਦੀ ਖੂਬ ਰੇਲ ਬਣਾ ਰਹੇ ਸਨ ਤੇ ਇਹ ਗੀਤ YouTube ਤੋਂ ਕਾਪੀਰਾਈਟ ਸਟ੍ਰਾਈਕ ਕਰਕੇ ਡਿਲੀਟ ਕਰਵਾ ਦਿੱਤਾ ਗਿਆ ਜੀ ਇਹ ਸਟ੍ਰਾਈਕ ਭੇਜੀ ਹੈ ਸਿੱਧੂ ਮੂਸੇਵਾਲਾ ਵੱਲੋਂ ਗੀਤ ਡਿਲੀਟ ਹੋਣ ਤੋਂ ਬਾਅਦ ਕੀ ਕਹਿ ਰਹੇ ਨੇ ਮੁੱਖ ਮੰਤਰੀ ਸੋ ਰੀਅਲ ਸੰਜੂ ਦੇ ਗੀਤ ਵਿੱਚ ਰੈਪ ਕਰਨ ਵਾਲੇ ਰੈਪਰ 라ਵਣ ਨੇ ਵੀਡੀਓ ਰਾਹੀਂ ਆਪਣੇ ਮਨ ਦੀ ਪੜਾਅਸ ਜਿਹੜੀ ਲੋਕਾਂ ਤੇ ਕੱਢੀ ਆ ਜੀ ਦੋਸਤੋ ਵੱਡੀ ਖਬਰ ਸੀ ਮੁੱਖ ਮੰਤਰੀ ਨੂੰ ਲੈ ਕੇ ਸੋ ਤੁਸੀਂ ਤਾਜ਼ੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਸੀਂ ਤੁਹਾਨੂੰ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਧੰਨਵਾਦ ਮੂਸੇ ਵਾਲੇ ਤੇ ਸੰਜੂ ਦਾ ਮਨ ਦਾ ਮਾਨ ਸਤਿਕਾਰ ਆਪਣੇ ਇਹਦਾ ਵੀ ਕਰ ਦਿਓ ਜੀ ਕਮੈਂਟਾਂ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ